ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਬਿਜਲੀ ਬੋਰਡ ਵੱਲੋਂ ਬਿਜਲੀ ਚੋਰੀ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਭਿੱਖੀਵਿੰਡ ਦੀ ਚੇਲਾ ਕਲੋਨੀ ਦੇ ਲੋਕ ਬਿਜਲੀ ਮੁਲਾਜ਼ਮਾਂ ਦੇ ਪਏ ਗਲ, ਲਾਈਨਮੈਨ ਕੀਤਾ ਬੁਰੀ ਤਰ੍ਹਾਂ ਜ਼ਖਮੀ। ਮਹਿਕਮੇ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ। ਪਿਛਲੇ ਕੁਝ ਲੰਮੇ ਸਮੇਂ ਤੋਂ ਲਗਾਤਾਰ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਬਿਜਲੀ ਚੋਰੀ ਰੋਕਣ ਸਮੇਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਦੇ ਕਿਸਾਨ ਜਥੇਬੰਦੀਆਂ ਅਤੇ ਕਦੇ ਮੁਹੱਲਾ ਵਾਸੀ ਇਹਨਾਂ ਨੂੰ ਘੇਰ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਅੱਜ ਭਿੱਖੀਵਿੰਡ ਦੀ ਚੇਲਾ ਕਲੋਨੀ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦ ਬਿਜਲੀ ਬੋਰਡ ਦੇ ਅਧਿਕਾਰੀ ਅਤੇ ਮੁਲਾਜ਼ਮ ਭਿੱਖੀਵਿੰਡ ਦੇ ਵੱਖ ਵੱਖ ਇਲਾਕਿਆਂ ਦੀ ਚੈਕਿੰਗ ਕਰਦੇ ਹੋਏ ਚੇਲਾ ਕਲੋਨੀ ਪੁੱਜੇ ਤਾਂ ਉੱਥੇ ਪੱਕਾ ਸਿੰਘ ਪੁੱਤਰ ਬਾਗਾ ਸਿੰਘ ਵਾਸੀ ਚੇਲਾ ਕਲੋਨੀ ਵੱਲੋਂ ਆਪਣੇ ਘਰ ਨਜਾਇਜ਼ ਤੌਰ 'ਤੇ ਕੁੰਡੀ ਲਗਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਤਾਂ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਉਸਦੀ ਤਾਰ ਕੱਟ ਦਿੱਤੀ ਤਾਂ ਦੋਵੇਂ ਧਿਰਾਂ ਆਪਸ ਵਿੱਚ ਗਾਲੀ ਗਲੋਚ ਹੋ ਗਈਆਂ, ਜਿਸ ਵਿੱਚ ਕੁਝ ਮੁਹੱਲਾ ਵਾਸੀਆਂ ਨੇ ਬਿਜਲੀ ਬੋਰਡ ਦੇ ਲਾਈਨਮੈਨ ਰੇਸ਼ਮ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹੋਏ ਉਸਦੇ ਕੱਪੜੇ ਪਾੜ ਦਿੱਤੇ, ਜਿਸ ਦੇ ਚੱਲਦੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਪੁਲਿਸ ਥਾਣਾ ਭਿੱਖੀਵਿੰਡ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ। ਦੂਜੇ ਪਾਸੇ ਪੱਕਾ ਸਿੰਘ ਨੇ ਕਿਹਾ ਕਿ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਉਸ ਨਾਲ ਗਾਲੀ ਗਲੋਚ ਕਰਦੇ ਹੋਏ ਉਸਦੇ ਸਿਰ ਵਿੱਚ ਪਲਾਸ ਮਾਰਿਆ ਸੀ, ਜਿਸ ਕਰਕੇ ਉਹ ਜ਼ਖਮੀ ਹੋ ਗਿਆ। ਉੱਧਰ ਬਿਜਲੀ ਬੋਰਡ ਦੇ SDO ਬੂਟਾ ਰਾਮ ਨੇ ਕਿਹਾ ਕਿ ਬਿਜਲੀ ਬੋਰਡ ਦੇ ਮੁਲਾਜ਼ਮਾਂ 'ਤੇ ਹੋ ਰਹੇ ਹਮਲੇ ਨਿੰਦਣਯੋਗ ਹਨ ਅਤੇ ਜੋ ਵੀ ਸਾਡੇ ਮੁਲਾਜ਼ਮਾਂ 'ਤੇ ਹਮਲਾ ਕਰੇਗਾ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ। ਲਾਈਨਮੈਨ ਅਤੇ ਅਸੀਂ ਅੱਜ SDO ਬੂਟਾ ਰਾਮ ਜੀ ਦੀ ਅਗਵਾਈ 'ਚ ਸਾਡੇ ਨਾਲ ਗਏ ਨੇ ਚੇਲਾ ਕਨੋਲੀ 'ਚ। ਉੱਥੇ ਇੱਕ ਪੱਕਾ ਸਿੰਘ ਸਨ ਆਫ ਬੱਗਾ ਨਾਂ ਦਾ ਇੱਕ ਵਿਅਕਤੀ ਆ ਜੋ ਨਸ਼ੇ 'ਚ ਧੁੰਦ ਸੀਗਾ, ਸ਼ਰਾਬ ਉਹਨੇ ਪੀਤੀ ਹੋਈ। ਜਦੋਂ ਉਹਦੀ ਅਸੀਂ ਕੁੰਡੀ ਵਾਲੀ ਤਾਰ ਕੱਟੀ ਆ, ਘਰੋਂ ਦਾਤਰੀ ਲੈ ਕੇ ਆਇਆ ਅਤੇ ਮੈਨੂੰ ਕਹਿੰਦਾ ਕਿ ਮੈਨੂੰ ਪੁੱਛ ਕੇ ਨਹੀਂ ਵੱਡੀ। ਮੈਂ ਕਿਹਾ ਵੀ ਕੁੰਡੀ ਵਾਲੀ ਤਾਰ ਆ ਇਹ 'ਚ, ਤੈਨੂੰ ਕੀ ਪੁੱਛਣਾ ਸੀ। ਜਦੋਂ ਉਹਨੇ ਫਿਰ ਮੇਰੇ ਉਹਨੇ 2-4 ਉਹਨੇ ਚਪੇੜਾਂ ਮਾਰ ਕੇ ਦਿੱਤੀਆਂ, ਹੱਥ ਪਾਈ ਹੋ ਗਿਆ। ਫਿਰ ਉਹਦੇ ਨਾਲ 10-15 ਅਣਪਛਾਤੇ ਵਿਅਕਤੀ ਵੀ ਆਏ ਆ। ਉਹਦੇ ਸੰਬੰਧ ਵਿੱਚ ਮੁੜ ਕੇ ਮੇਰੇ ਸਾਥੀ ਆ, ਉਹਨਾਂ ਨੇ ਉਹਨੂੰ ਫੜਿਆ ਵਾ ਅਤੇ ਉਹਨੇ ਮੇਰੇ ਪਿੱਛੇ ਰੋੜੇ ਵੀ ਮਾਰੇ ਆ ਅਤੇ ਦਾਤਰੀ ਲੈ ਕੇ ਵੀ ਭੱਜਾ। ਅਤੇ ਤੁਸੀਂ ਕੀ ਮੰਗ ਕਰਦੇ? ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਅਸੀਂ ਇਹੋ ਜਿਹੜੇ ਗੁੰਡੇ ਅਨਸਰ ਆ ਅਤੇ ਇਹਨਾਂ ਨੂੰ ਕਾਬੂ ਕੀਤਾ ਜਾਵੇ, ਉੱਥੇ ਜੋ ਬਣਦੀ ਕਾਰਵਾਈ ਉੱਤੇ ਪਰਚਾ ਕੱਟਿਆ ਜਾਵੇ ਅਤੇ ਜਿਹੜਾ ਸਾਡਾ ਮਹਿਕਮੇ ਦੇ ਕੰਮ 'ਚ ਵਿਘਨ ਪਾਇਆ ਜਾਵੇ। ਅਤੇ ਤੁਹਾਡੇ ਤਾਂ ਬਿਜਲੀ ਮਹਿਕਮੇ ਨਾਲ ਅੱਗੇ ਵੀ ਬੜੇ ਇਹੋ ਜਿਹੇ ਕੰਮ ਹੋ ਚੁੱਕੇ ਨੇ, ਜਾਂ ਬੰਦੀ ਬਣਾ ਲੈਣਾ ਜਾਂ ਕੁੱਟਣਾ ਮਾਰਨਾ, ਕੀ ਤੁਸੀਂ ਇਹ ਕੋਈ ਆਵਾਜ਼ ਨਹੀਂ ਉਠਾ ਰਹੇ? ਨਹੀਂ, ਦੇਖੋ ਯੂਨੀਅਨ ਸਾਡੀ ਬਹੁਤ ਆਵਾਜ਼ ਉਠਾ ਰਹੀ ਆ। ਅਸੀਂ ਇਸ ਮਸਲੇ, ਸਾਡੇ ਨਾਲ ਕਿਸਾਨ ਸਾਹਿਬ ਬਹੁਤ ਸਹਿਯੋਗ ਦਿੰਦੇ ਨੇ, ਸਾਡੇ ਅਸੀਂ ਸਾਹਿਬ ਵੀ, ਅਤੇ ਚਲੋ ਜਦੋਂ ਇਹਨਾਂ ਦੇ ਰੈਗੂਲਰ ਪਰਚੇ ਹੋਣਗੇ ਅਤੇ ਹੌਲੀ ਹੌਲੀ ਸਾਰੇ ਆਪੇ ਕੰਟਰੋਲ 'ਚ ਹੋ ਜਾਣਗੇ। ਇਹਦੇ ਅਗਾਂਹ ਅੱਗੇ ਕੀ ਤੁਹਾਡਾ ਵਿਚਾਰ ਹੈ? ਮੈਂ ਖੁਦ ਨਾਲ ਸਾਂ, ਅੱਜ ਉਸ ਅਧਿਕਾਰੀਆਂ ਦੀ ਜਿਹੜੀ ਹੈ ਕੁਰਬਾਨਗੀ ਨਾਲ ਗਏ ਚੇਲਾ ਕਲੋਨੀ ਚੈੱਕ ਕਰਦੇ ਕਰਦੇ। ਜਦੋਂ ਰੂਟੀਨ ਚੈਕਿੰਗ ਕਰਦੇ ਹਾਂ ਅਤੇ ਜਾ ਕੇ ਪੱਕਾ ਸਿੰਘ ਮੇਰੇ ਲਾਈਨਮੈਨ ਦੀ ਗੱਲ ਪੈ ਗਿਆ, ਦਾਤਰੀ ਉਹਨੇ ਮਾਰੀ ਆ ਮਗਰ ਕਾਫੀ ਬੰਦੇ ਇਕੱਠੇ ਕਰ ਲਏ, ਗੱਲ ਕਾਫੀ ਪਏ, ਕੱਪੜੇ ਇਹਦੇ ਪਾੜੇ ਗਏ ਆ। ਅਤੇ ਤੁਸੀਂ ਕੀ ਮੰਗ ਕਰਦੇ? ਕਾਰਵਾਈ ਹੋਣੀ ਚਾਹੀਦੀ, FIR ਦਰਜ ਕਰਾਵਾਂਗੇ ਜੀ, ਉਹਨੂੰ ਥਾਣੇ ਹੈ ਦੇਖ ਕੇ ਦਿੱਤਾ ਵਾ FIR ਦਰਜ।
ਹੋਈ ਹੈ। ਹਾਂਜੀ, ਇਹ ਭਾਜੀ ਗੱਲ ਹੋਈ ਆ ਕਿ ਇਹਨਾਂ ਨੇ ਗਏ ਤਾਰਾਂ ਵੱਢਣ ਦਾ, ਮੈਂ ਅੰਦਰ ਸੁੱਤਾ ਪਿਆ ਸੀ, ਇਹਨੇ ਵੀਰ ਨੇ ਬੂਹਾ ਖੜਕਾਇਆ, ਮੈਂ ਖਲੋ ਜਾਓ ਇੱਕ ਮਿੰਟ, ਧੱਕੇ ਨਾਲ ਬੂਹਾ ਖੋਲ੍ਹ ਕੇ ਅੰਦਰ ਵੜ ਗਿਆ। ਪੁੱਛਿਆ ਨਹੀਂ ਆਪਾਂ ਨੂੰ, ਆਪਾਂ ਇਹਨਾਂ ਨੂੰ ਆਖਿਆ ਕਿ ਅੰਦਰ ਨਹੀਂ ਆਉਣਾ ਕੰਟਰੋਲ 'ਚ, ਮੈਂ ਤੁਹਾਡੀ ਗੱਲ ਕਰਾਉਣਾ ਜਾਂ ਬਿੱਲ ਦਿਖਾਉਣਾ। ਇਹਨਾਂ ਕੀ ਕੀਤਾ, ਦਾਪੇ ਅੰਦਰ ਵੜ ਕੇ ਤਾਰ ਵੱਢਣ ਲੱਗ ਪਏ, ਮੈਂ ਤਾਰ ਨਾਲ ਵੱਢਿਓ ਇੱਕ ਮਿੰਟ ਗੱਲ ਕਰ ਲਓ। ਅਤੇ ਗਾੜੀਓ ਕਹਿੰਦਾ ਕਿ ਤੂੰ ਸਾਲਾ ਲੱਗਦਾ ਹੈ, ਮੈਂ ਤਾਰ ਵੱਢਣੀ ਹੈ। ਮੈਂ ਬਾਹਰ ਆ ਗਿਆ, ਮੈਂ ਚੱਲ ਮੈਂ ਬਾਹਰ ਗੱਲ ਕਰਾਉਣਾ, ਮੈਂ ਤਾਰ ਵੱਢੀ ਅਤੇ ਮੈਂ ਤਾਰ ਫੜ ਕੇ ਸਾਈਡ 'ਤੇ ਰੱਖਣ, ਇਹਨੇ ਗਾੜੀਓ ਪਲਾਸ ਮਾਰਤਾ। ਫਿਰ ਉਹ ਹੋਰ ਵੀ ਹੈਗੇ, ਉਹ ਵੀ ਗੱਲ ਪੈ ਗਏ ਸਾਰੇ, ਸਾਡਾ ਕੋਈ ਬੰਦਾ ਨਹੀਂ ਹੈਗਾ, ਜਨਾਨੀਆਂ ਹੈ ਬਸ। ਤੁਹਾਡੇ ਕੀ ਕੁੰਡੀ ਲੱਗੀ ਸੀ? ਕੁੰਡੀ ਨਹੀਂ, ਆਪਣਾ ਭਾਜੀ ਮੀਟਰ ਆ, ਮੀਟਰ ਪੁੱਟ ਕੇ ਲੈ ਗਏ, ਦਰਖਾਸ ਵੀ ਦਿੱਤੀ ਗਿਆ। ਬੱਤੀ ਵਾਲਿਆਂ ਦਾ ਕਹਿਣਾ ਹੈ ਕਿ ਹਾਂ ਵੀ ਕੁੰਡੀ ਲੱਗੀ ਸੀ, ਜਿਹੜੀ ਕੁੰਡੀ ਮੌਕੇ ਤੇ ਫੜੀ ਹੈ। ਨਹੀਂ ਭਾਜੀ, ਉਹ ਤਾਰ ਮੀਟਰ ਵਾਲੀ ਆ, ਉਹ ਜਿਹੜੀ ਵੱਡੀ ਹੈ ਨਾ, ਤਾਰ ਵੀ ਮੀਟਰ ਵਾਲੀ ਹੈ। ਤੇ ਮੀਟਰ ਪਹਿਲਾਂ ਲਾਇਆ ਗਿਆ ਸੀ? ਹਾਂ, ਮੀਟਰ ਪਹਿਲਾਂ ਲਾ ਕੇ ਲੈ ਗਿਆ, ਪਿੱਛਾ ਘਰੇ ਨਹੀਂ ਹੈ, ਕੋਈ ਗਿਆ ਕਿਤੇ ਪੁੱਟ ਕੇ ਲੈ ਗਏ। ਪਹਿਲਾਂ ਮੀਟਰ ਕਿੰਨਾ ਚਿਰ ਹੋਇਆ ਪੁੱਟੇ ਨੂੰ? ਕੋਈ ਜ਼ਿਆਦਾ ਜਿਹਾ ਨਹੀਂ ਆ, ਦਰਖਾਸਤ ਦਿੱਤੀ ਸੀ ਅਸੀਂ ਤੇ ਫਿਰ ਲਗਾ ਦੇ ਕੇ ਨਹੀਂ ਗਿਆ, ਲਾ ਕੇ ਨਹੀਂ ਗਿਆ। ਅੱਜ ਨਾ ਯਾਰਾਂ ਕੋਲ ਜਿਹੜੇ ਕਰੀਬ ਇੱਕ ਟੈਲੀਫੋਨ ਹੈ ਸੀ ਬਿਜਲੀ ਵਿਭਾਗ ਦੇ ਸ਼ਾਇਦ ਲਾਈਨਮੈਨ ਦਾ, ਕਿ ਅਸੀਂ ਮਤਲਬ ਕਿ ਚੇਲਾ ਕਲੋਨੀ ਭਿੱਖੀ ਪਿੰਡ ਚੈਕਿੰਗ ਟੀਮ ਆਈ ਹੈ ਅਤੇ ਚੈੱਕ ਕਰ ਰਹੇ ਹਾਂ, ਉੱਥੇ ਕੁਛ ਲੋਕਾਂ ਨੇ ਉਹਨਾਂ ਨੂੰ ਰੋਕਿਆ, ਚੈਕਿੰਗ ਕਰਨ ਤੋਂ ਰੋਕਿਆ ਜੀ, ਜਿਹਨਾਂ 'ਚੋਂ ਇੱਕ ਭੱਲਾ ਸਿੰਘ ਸਾਨੂੰ ਬਾਘਾ ਸਿੰਘ ਨਾਂ ਦੇ ਵਿਅਕਤੀ, ਜਿਹੜਾ ਕਿ ਉਹ ਰੇਸ਼ਮ ਸਿੰਘ ਦੇ ਗੱਲ ਪਿਆ ਜੀ। ਸਰ ਕੀ ਕਾਰਵਾਈ ਕੀਤੀ ਜਾ ਰਹੀ? ਹਾਂਜੀ, ਬਿਜਲੀ ਬੋਰਡ ਦੇ ਵੱਲੋਂ ਇੱਕ ਦਰਖਾਸਤ ਆਈ ਹੈ ਜੀ, ਹੁਣ ਇਹ 'ਤੇ ਜਿਹੜੀ ਬਣਦੀ ਕਾਰਵਾਈ ਉਹ ਕਰ ਰਹੇ ਹਾਂ ਜੀ, ਕਾਨੂੰਨੀ ਕਾਰਵਾਈ। ਅਤੇ ਸਰ ਜਦੋਂ ਬਿਜਲੀ ਮੁਲਾਜ਼ਮ ਵਾਲੇ ਛਾਪਾ ਮਾਰਨ ਗਏ, ਕੀ ਨਾਲ ਪੁਲਿਸ ਦੀ ਮਦਦ ਨਹੀਂ ਲਈ ਗਈ ਉਹਨਾਂ? ਨਹੀਂ ਜੀ ਨਹੀਂ, ਅੱਜ ਇਹਨਾਂ ਨੇ ਅਕਸਰ ਹੀ ਅੱਗੇ ਲੈ ਲੈਂਦੇ ਪੁਲਿਸ ਦੀ ਮਦਦ, ਅੱਜ ਵੀ ਸਵੇਰੇ ਫੋਨ ਆਇਆ ਸੀ, ਇਹਨਾਂ ਨੂੰ ਕਿਹਾ ਵੀ ਲੈ ਜਾਓ ਨਾਲ ਫੋਰਸ, ਪਰ ਇਹ ਬਿਨਾਂ ਫੋਰਸ ਖੜਿਆ ਹੀ ਆਪਣੇ ਆਪ ਇਕੱਲੇ ਚਲ ਗਏ ਸੀ। ਸਬਸਕ੍ਰਾਈਬ ਕਰੋ ਲੀਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।